ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟਰੁੱਥਵੇ ਨਿਊਜ਼ ਚੈਨਲ। ਅੱਜ ਬਠਿੰਡਾ ਦੇ ਅਜ਼ੀਤ ਰੋਡ ਵਿਖੇ ਸਥਿਤ ਮਾਨ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਵਰਗ ਵਾਸੀ ਬਲਜੀਤ ਕੌਰ ਢਿੱਲੋਂ ਦੀ ਯਾਦ ਵਿੱਚ ਦੂਸਰੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਦੱਸ ਦਈਏ ਕਿ ਇਸ ਖੂਨਦਾਨ ਕੈਂਪ ਵਿੱਚ ਡਾਕਟਰ ਬੇਅੰਤ ਸਿੰਘ ਮਾਨ MD ਮਾਨ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਆਓ ਦੇਖਦੇ ਹਾਂ ਟਰੁੱਥਵੇ ਨਿਊਜ਼ ਦੀ ਰਿਪੋਰਟ। ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਜੀ? ਹਾਂਜੀ, ਮੈਂ ਜਸਵੀਰ ਸਿੰਘ ਢਿੱਲੋਂ, ਪ੍ਰਿੰਸੀਪਲ ਗੌਰਮੈਂਟ ਦੇਸਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ। ਅੱਜ ਮਾਨ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਿਹੜਾ ਖੂਨਦਾਨ ਕੈਂਪ ਹੈ, ਇਹ ਮੇਰੀ ਪਤਨੀ ਬਲਜੀਤ ਕੌਰ ਢਿੱਲੋਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ ਹੈ। ਬਲਜੀਤ ਕੌਰ ਢਿੱਲੋਂ 2 ਸਾਲ ਪਹਿਲਾਂ 14 ਅਪ੍ਰੈਲ 2022 ਨੂੰ ਕੈਂਸਰ ਦੀ ਬਿਮਾਰੀ ਦੇ ਕਾਰਨ ਆਪਣੇ ਸਵਰਗਵਾਸ ਹੋ ਗਏ ਸਨ। ਅਤੇ ਉਹ ਖੁਦ ਇੱਕ ਸੋਸ਼ਲ ਵਰਕਰ ਸੀਗੇ, ਸਮਾਜ ਸੇਵਕਾ ਸੀਗੇ, ਤਾਂ ਉਹਨਾਂ ਦੀ ਯਾਦ ਨੂੰ ਪਰਨਾਏ ਹੋਏ, ਉਹਨਾਂ ਦੀ ਸੋਚ ਨੂੰ ਪਰਨਾਏ ਹੋਏ ਸੀ। ਅੱਜ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ਖੂਨਦਾਨ ਕੈਂਪ ਲਗਾਇਆ ਹੈ। ਪਿਛਲੇ ਵਾਰੀ ਵੀ ਕੈਂਪ ਲਗਾ ਚੁੱਕੇ ਸੀ, ਅਤੇ ਅੱਜ ਅਸੀਂ ਦੂਸਰਾ ਖੂਨਦਾਨ ਕੈਂਪ ਲਗਾਇਆ ਹੈ, ਜਿਹਦੇ ਵਿੱਚ ਤਕਰੀਬਨ 20 ਯੂਨਿਟ ਖੂਨਦਾਨ ਹੋ ਚੁੱਕਾ ਹੈ ਅਤੇ ਹਜੇ ਜਾਰੀ ਹੈ ਖੂਨਦਾਨ ਕੈਂਪ। ਸਾਨੂੰ ਉਮੀਦ ਹੈ ਕਿ ਅਸੀਂ 25 ਦਾ ਅੰਕੜਾ ਜ਼ਰੂਰ ਪਾਰ ਕਰ ਲਾਂਗੇ। ਅਤੇ ਉਹਨਾਂ ਦੀ ਸੋਚ ਨੂੰ ਸਮਰਪਿਤ, ਉਹਨਾਂ ਦੀ ਯਾਦ ਨੂੰ ਬਣਾਏ ਹੋਏ ਸੀ, ਅੱਜ ਬਲਜੀਤ ਕੌਰ ਢਿੱਲੋਂ ਦੀ ਯਾਦ ਦੇ ਵਿੱਚ ਦੂਜੀ ਵਰਸੀ 'ਤੇ ਉਹਨਾਂ ਦਾ ਖੂਨਦਾਨ ਕੈਂਪ ਦਾ ਆਯੋਜਨ ਕਰ ਰਹੇ ਹਾਂ। ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਕੋਈ ਐਮਰਜੈਂਸੀ ਪ੍ਰੋਸੀਜਰ, ਕਈ ਸਰਜਰੀ ਵਗੈਰਾ ਕਰਨੀ ਪੈਂਦੀ ਹੈ, ਕਈ ਤਰ੍ਹਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਵੀ ਕਈ ਵਾਰੀ ਲੋਕਾਂ ਨੂੰ ਜਿੱਥੇ HB ਘੱਟ ਹੋਵੇ ਪੇਸ਼ੈਂਟ ਦਾ, ਆਪਾਂ ਨੂੰ ਬਲੱਡ ਟਰਾਂਸਫਿਊਜ਼ਨ ਕਰਨੀ ਪੈਂਦੀ ਹੈ। ਅਤੇ ਇਸ ਕਰਕੇ ਹਰੇਕ ਬੰਦੇ ਨੂੰ ਚਾਹੀਦਾ, ਜਿਹੜਾ ਵੀ ਹੈਲਦੀ ਬੰਦਾ ਹੈ, ਯੰਗ ਹੈਲਦੀ, ਜਾਂ ਰੂਟੀਨ ਦੇ ਵਿੱਚ ਜਿਹੜਾ ਬੰਦਾ ਪਹਿਲਾਂ ਬਲੱਡ ਡੋਨੇਸ਼ਨ ਕਰਦਾ ਹੈ, ਉਹ ਤਾਂ ਕਰਦੇ ਹੀ ਨੇ ਲੋਕ, ਦੂਸਰੇ ਲੋਕਾਂ ਨੂੰ ਵੀ ਇੰਨੀ ਕੁ ਅਵੇਅਰਨੈਸ ਹੋਣੀ ਚਾਹੀਦੀ, ਜੇ ਆਪਾਂ ਬਲੱਡ ਡੋਨੇਸ਼ਨ ਕਰਾਂਗੇ ਤਾਂ ਲੋਕਾਂ ਨੂੰ ਕਿਸੇ ਦੀ ਆਪਾਂ ਜ਼ਿੰਦਗੀ ਬਚਾ ਸਕਦੇ ਹਾਂ। ਐਮਰਜੈਂਸੀ ਦੇ ਵਿੱਚ ਕਿਸੇ ਦੀ ਜ਼ਿੰਦਗੀ ਬਚਾਉਣੀ ਸਭ ਤੋਂ ਵੱਡਾ ਪੁੰਨ ਹੁੰਦਾ। ਇਸ ਕਰਕੇ ਮੇਰੀ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਬਲੱਡ ਡੋਨੇਸ਼ਨ ਕਰਨਾ ਚਾਹੀਦਾ, ਤਾਂ ਕਿ ਆਪਾਂ ਵੱਧ ਤੋਂ ਵੱਧ ਜਾਨਾਂ ਬਚਾ ਸਕੀਏ। ਥੈਂਕ ਯੂ, ਸ਼ੁਕਰੀਆ, ਧੰਨਵਾਦ।